ਸਭ ਤੋਂ ਪਹਿਲਾਂ ਸਾਰੇ ਹੀ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇੱਕ ਵਾਰ ਇੱਕ ਪਿੰਡ ਦੇ ਵਿੱਚ ਓਪਰਾਜਾ ਠੱਠਾ ਆ ਗਿਆ ਤੇ ਉਹਨੇ ਆਉਂਦੇ ਸਾਰੀ ਬੜਾ ਖੋਰੂ ਪਾਇਆ ਬੜੀਆਂ ਬੜਕਾਂ ਮਾਰੀਆਂ ਮਾਰ ਮਾਰ ਰੂੜੀਆਂ ਦੇ ਵਿੱਚ ਟਕਰਾਂ ਗਲੀਆਂ ਦੇ ਵਿੱਚ ਗੋਹਾ ਖਲਾਰਤਾ ਬੁੜੀਆਂ ਆਪਣੇ ਖੇਡ ਦੇ ਜਵਾਕਾਂ ਨੂੰ ਫੜ-ਫੜ ਘਰਾਂ ਦੇ ਅੰਦਰ ਲੈ ਗਈਆਂ ਬੂਹੇ ਡਾਲੇ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗੀਆਂ ਕਿ ਹਾਈਵੇ ਠੱਠਾ ਪੁੱਛ ਰਿਆ ਫਿਰਦਾ ਹੈ ਕਿਸੇ ਨੂੰ ਮਾਰ ਦੂਗਾ ਮਤਲਬ ਅਕਸਰ ਜੋ ਵੀ ਆਪਣੇ ਪਿੰਡਾਂ ਦਾ ਮਾਹੌਲ ਹੁੰਦਾ ਫਿਰ ਉਸ ਤੋਂ ਬਾਅਦ ਕੁਝ ਕ ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਸੋਚਿਆ ਕਿ ਕਿਉਂ ਨਾ ਠੱਠੇ ਨੂੰ ਕਾਬੂ ਕੀਤਾ ਜਾਵੇ ਕੋਈ ਛੋਟੀਆਂ ਲੈ ਕੇ ਆਇਆ ਕੋਈ ਡਾਂਗਾ ਲੈ ਕੇ ਆਇਆ ਕਿਸੇ ਨੇ ਆਪਣਾ ਟਰੈਕਟਰ ਸਟਾਰਟ ਕੀਤਾ ਕਿ ਚਲੋ ਠੱਠੇ ਨੂੰ ਕਾਬੂ ਕਰਨ ਚੱਲੀਏ ਪਰ ਜਿਉਂ ਹੀ ਸਾਰੇ ਗਏ ਟੱਠੇ ਨੂੰ ਕਾਬੂ ਕਰਨ ਟੱਠਾ ਜਾਵੇ ਹਰਲੇ ਮੋਟਰਸਾਈਕਲ ਵਾਂਗੂ 150 ਦੀ ਸਪੀਡ ਤੇ ਭੱਜਿਆ ਮਤਲਬ ਜਿਨੇ ਸਾਰੇ ਪਿੰਡ ਨੂੰ ਡਰਾਇਆ ਹੋਇਆ ਸੀ ਨਾ ਹੀ ਸਭ ਤੋਂ ਸਿਰੇ ਦਾ ਡਰਪੋਕ ਨਿਕਲਿਆ ਤੇ ਇਹੀ ਹਾਲਾਤ ਨੇ ਸਾਡੇ ਬਹੁਤ ਹੀ ਸਤਕਾਰਯੋਗ ਨਵਜੋਤ ਸਿੰਘ ਸਿੱਧੂ ਜੀ ਦੇ ਪਹਿਲਾਂ 4-5 ਸਾਲ ਤੱਕ ਕੈਪਟਨ ਅਮਨਿੰਦਰ ਸਿੰਘ ਦੀਆਂ ਕੁਰਕੀਆਂ ਤੋਂ ਡਰੀ ਗਏ ਤੇ ਹੁਣ ਜਦੋਂ ਪਤਾ ਲੱਗਿਆ ਕਿ ਕਾਂਗਰਸ ਦਾ ਬੇੜਾ ਡੁੱਬਣ ਵਾਲਾ ਤਾਂ ਲੱਗ ਕੇ ਰੌਲਾ ਪਾਉਣ ਲੱਗ ਕੇ ਬੜਕਾਂ ਮਾਰਨ ਜਿਵੇਂ ਪੰਜਾਬ ਦਾ ਦਰਦ ਕੇਵਲ ਨਵਜੋਤ ਸਿੰਘ ਸਿੱਧੂ ਨੂੰ ਹੀ ਆ ਹੋਰ ਤਾਂ ਕਿਸੇ ਨੂੰ ਪੰਜਾਬ ਦਾ ਦਰਦ ਹੈ ਹੀ ਨਹੀਂ ਪਰ ਸਤਕਾਰਯੋਗ ਨਵਜੋਤ ਸਿੰਘ ਸਿੱਧੂ ਜੀ ਜੇਕਰ ਇਹ ਹੀ ਬੜਕਾਂ ਤੁਸੀਂ ਪਹਿਲੇ ਸਾਲ ਤੋਂ ਮਾਰੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਪੰਜਾਬ ਦਾ ਕੁਝ ਪਲਾ ਹੋ ਜਾਂਦਾ ਸ਼ਾਇਦ ਐਸੇ ਰਾਜਨੀਤਿਕ ਦਬਾਅ ਦੇ ਕਾਰਨ ਕੈਪਟਨ ਅਮਨਿੰਦਰ ਸਿੰਘ ਆਪਣੀ ਕੁੰਭ ਕਰਨ ਦੀ ਨੀਂਦ ਤੋਂ ਜਾਗ ਜਾਂਦੇ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਸੋਚਦੇ ਤੇ ਹੁਣ ਜਿਹੜੇ ਤੁਸੀਂ ਟਵੀਟ ਕਰ ਰਹੇ ਹੋ ਬਿਜਲੀ ਸਮਝੌਤੇ ਰੱਦ ਕਰਵਾਉਣ ਦੀ ਗੱਲ ਕਰ ਰਹੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਹੋ ਪਰ ਮਾਫ ਕਰਿਓ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਇਹ ਇਨਸਾਫ ਮੰਗ ਕਿਸ ਤੋਂ ਰਹੇ ਹੋ ਸਾਡੇ 4 ਸਾਲ ਹੋ ਗਏ ਤੁਹਾਡੀ ਸਰਕਾਰ ਹੈ ਤੁਸੀਂ ਸਰਕਾਰ ਦੇ ਵਿੱਚੋਂ ਫਿਰ ਇਨਸਾਫ ਮੰਗਣ ਵਾਲੀ ਡਰਾਮੇਬਾਜੀ ਕਿਉਂ ਕਰ ਰਹੇ ਹੋ ਅਸਲ ਦੇ ਵਿੱਚ ਇਹਨਾਂ 4.5 ਸਾਲਾਂ ਦੇ ਵਿੱਚ ਤੁਸੀਂ ਕੋਈ ਕੰਮ ਨਹੀਂ ਕੀਤਾ ਗਾ ਗਰਾਊਂਡ ਰਿਐਲਿਟੀ ਕੀ ਹੈ ਮੈਂ ਨਹੀਂ ਦੇਖਿਆ ਤੁਹਾਨੂੰ ਕਦੇ ਨੂੰ ਕਦੇ ਵੀ ਤੁਹਾਨੂੰ ਕਿ ਤੁਸੀਂ ਪੁੱਚੋ ਵਾਲੀਆਂ ਕੈਂਚੀਆਂ ਤੇ ਮੰਜਾ ਢਾਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੋ ਮੈਂ ਨਹੀਂ ਦੇਖਿਆ ਕਦੇ ਵੀ ਤੁਹਾਨੂੰ ਕਿ ਤੁਸੀਂ ਤਲਵੰਡੀ ਸਾਬੋ ਖੰਡਾ ਚੌਂਕ ਦੇ ਵਿੱਚ ਕੁਰਸੀ ਦਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੋ ਮੈਂ ਨਹੀਂ ਦੇਖਿਆ ਕਦੇ ਵੀ ਕਿ ਤੁਸੀਂ ਸੀਤੋ ਹਬੋਰ ਬਾਈਪਾਸ ਤੇ ਦਰਿਆਵਾਂ ਵਾਸ਼ਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੋ ਜਿੱਥੇ ਲੋਕ ਇੰਨੇ ਪਰੇਸ਼ਾਨ ਐ ਕਿ ਸੀਤੋ ਤਹਿਸੀਲ ਦੇ ਵਿੱਚ ਅੱਧੀ ਰਾਤ ਤੱਕ ਰਜਿਸਟਰੀਆਂ ਹੁੰਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਪੂਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਤੁਹਾਡੇ ਵਰਕਰ ਹੋਣਗੇ ਤੁਸੀਂ ਹਮੇਸ਼ਾ ਇੱਕ ਬਣੇ ਬਣਾਏ ਸਟਰਕਚਰ ਨੂੰ ਹੀ ਸੰਬੋਧਨ ਕੀਤਾ 10 10 20 20 ਹਜ਼ਾਰ ਦੇ ਇਕੱਠ ਦੀਆਂ ਵੱਡੀਆਂ ਰੈਲੀਆਂ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਤੇ ਵੱਡੇ ਵੱਡੇ ਭਾਸ਼ਣ ਸੁਣਾਏ ਆ ਚਾਹੇ ਉਹ ਇਕੱਠ ਉਹ ਰੈਲੀਆਂ ਕਾਲੀ ਦਲ ਦੀਆਂ ਸੀ ਚਾਹੇ ਉਹ ਰੈਲੀਆਂ ਭਾਜਪੀ ਦੀਆਂ ਸੀ ਤੇ ਚਾਹੇ ਉਹ ਰੈਲੀਆਂ ਕਾਂਗਰਸ ਦੀਆਂ ਸੀ ਪਰ ਇਹਨਾਂ ਸਭ ਦੇ ਵਿੱਚ ਤੁਹਾਡਾ ਆਪਣਾ ਕੀ ਸੀ ਸਿਰਫ ਗੱਲਾਂ ਤੇ ਵੱਡੇ ਵੱਡੇ ਭਾਸ਼ਣ ਨੂੰ ਵੀ ਬਹੁਤ ਆਉਂਦੇ ਆ ਹੋ ਸਕਦਾ ਤੁਹਾਡੇ ਨਾਲੋਂ ਥੋੜੇ ਜੇ ਘੱਟ ਆਉਂਦੇ ਹੋਣ ਪਰ ਇਹਨਾਂ ਗੱਲਾਂ ਤੇ ਇਹਨਾਂ ਭਾਸ਼ਣਾਂ ਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਮੰਗਵੀਆਂ ਕੁੱਤੀਆਂ ਕਦੇ ਸ਼ਿਕਾਰ ਨਹੀਂ ਮਾਰਦੀਆਂ ਸਿੱਧੂ ਸਾਹਿਬ ਪਕਿਆ ਪਕਾਇਆ ਡਾਈਨਿੰਗ ਟੇਬਲ ਤੇ ਸਜਿਆ ਸਜਾਇਆ ਭੋਜਨ ਤਾਂ ਹਰ ਕੋਈ ਖਾ ਲੈਂਦਾ ਪਰ ਸਵਾਦ ਤਾਂ ਫੇਰ ਹੈ ਜੇਕਰ 70 80 ਦੇ ਤਾਪਮਾਨ ਤੇ ਆਪਣੇ ਹੱਥੀ ਤੰਦੂਰ ਦੇ ਵਿੱਚ ਰੋਟੀ ਲਾਈ ਹੋਵੇ ਜੇਕਰ ਬਰਸਾਤ ਨਾਲ ਸਿੱਲੇ ਹੋਏ ਬਾਲਾਂ ਨੂੰ ਚੁੱਲ੍ਹੇ ਦੇ ਵਿੱਚ ਫੂਕਾਂ ਮਾਰ-ਮਾਰ ਕੇ ਅੱਗ ਬਾਲੀ ਹੋਵੇ ਤੇ ਸਬਜ਼ੀ ਨਹੀਂ ਹੋਵੇ ਫੇਰ ਪਤਾ ਲੱਗਦਾ ਕਿ ਮਿਹਨਤ ਕੀ ਹੁੰਦੀ ਹੈ ਤੇ ਮਿਹਨਤ ਦਾ ਮੁੱਲ ਕੀ ਹੁੰਦਾ ਹੈ ਬੜਾ ਰੌਲਾ ਪਾਇਆ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਸੀ ਕਿ ਆਜੋ ਸਿੱਧੂ ਸਾਹ ਪਾਰਟੀ ਬਣਾ ਲਓ ਆਜੋ ਸਿੱਧੂ ਸਾਹ ਪਾਰਟੀ ਬਣਾ ਲਓ ਪਰ ਮਾਫ ਕਰਿਓ ਨਵਜੂਤ ਸਿੰਘ ਸਿੱਧੂ ਜੀ ਤੁਸੀਂ ਵੀ ਉਹਨਾਂ ਲੀਡਰਾਂ ਵਰਗੇ ਨਿਕਲੇ ਜਿਹੜੇ ਸਿਰਫ ਆਪਣੀ ਗੱਲ ਸੁਣਾਉਣਾ ਪਸੰਦ ਕਰਦੇ ਆ ਕਿਸੇ ਦੀ ਸੁਣਾ ਨਹੀਂ ਪਸੰਦ ਕਰਦੇਗੇ ਤੇ ਹੁਣ ਤੁਸੀਂ ਜਿਹੜੇ ਕਹਿ ਰਹੇ ਹੋ ਬਿਜਲੀ ਸਮਝੌਤੇ ਰੱਦ ਕਰਵਾਉਣ ਦੀ ਗੱਲ ਕਰ ਰਹੇ ਹੋ ਕਿ ਅਸੀਂ ਕੰਪਨੀਆਂ ਨਾਲ ਬਿਜਲੀ ਸਮਝੌਤੇ ਰੱਦ ਕਰਵਾਵਾਂਗੇ ਜਿੰਨਾ ਨਾਲ ਤੁਸੀਂ ਇਹ ਬਿਜਲੀ ਸਮਝੌਤੇ ਰੱਦ ਕਰਵਾਉਣ ਦੀ ਗੱਲ ਕਰ ਰਹੇ ਹੋ ਉਹਨਾਂ ਕੰਪਨੀਆਂ ਤੋਂ ਹੀ ਤੁਹਾਡੀ ਪਾਰਟੀ ਨੇ ਕਰੋੜਾਂ ਦੇ ਫੰਡ ਲਏ ਹੋਏ ਆ ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਤੇ ਦਿਖਾਉਣ ਦੇ ਕੁਝ ਹੋਰ ਤੇ ਜੇ ਵਾਕਿਆ ਹੀ ਤੁਹਾਨੂੰ ਪੰਜਾਬ ਦੀ ਇੰਨੀ ਚਿੰਤਾ ਹੈ ਤਾਂ ਇਹ ਟਵਿੱਟਰ ਵਾਲਾ ਇਨਕਲਾਬ ਛੱਡ ਕੇ ਇਹ ਕੁਰਸੀ ਦੀ ਭੁੱਖ ਛੱਡ ਕੇ ਗਰਾਊਂਡ ਤੇ ਲੋਕਾਂ ਦੇ ਵਿੱਚ ਆਓ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਫੇਰ ਪਤਾ ਲੱਗੂਗਾ ਕਿ ਤੁਸੀਂ ਵਾਕਿਆ ਹੀ ਪੰਜਾਬ ਬਾਰੇ ਸੋਚਦੇ ਹੋ ਤੁਹਾਨੂੰ ਵਾਕਿਆ ਹੀ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ ਤੇ ਤੁਸੀਂ ਵਾਕਿਆ ਹੀ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਨਹੀਂ ਗੱਲਾਂ ਤਾਂ ਸਾਨੂੰ ਵੀ ਬਹੁਤ ਆਉਂਦੀਆਂ ਨੇ ਹੋਰਾਂ ਨੂੰ ਵੀ ਬਹੁਤ ਆਉਂਦੀਆਂ ਨੇ ਕਿਉਂਕਿ ਗੱਲਾਂ ਸਿਰਫ ਦੋਈ ਲੋਕ ਕਰਦੇ ਨੇ ਇੱਕ ਪੈਸੇ ਵਾਲੇ ਤੇ ਦੂਜੇ ਜਜ਼ਬਾਤੀ ਤੇ ਜਨੂਨੀ ਸੋ ਜੇਕਰ ਮੇਰੇ ਬੋਲੇ ਸ਼ਬਦਾਂ ਨਾਲ ਮੇਰੇ ਕਿਸੇ ਵੀ ਵੀਰ ਭੈਣ ਨੂੰ ਠੇਸ ਪਹੁੰਚੀ ਹੋਵੇ ਤਾਂ ਆਪਣੀ ਭੈਣ ਆਪਣੀ ਬੱਚੀ ਸਮਝ ਕੇ ਮਾਫ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ